ਇਹ ਜੀ ਭੰਗੀਆਂ ਵਾਲੀ ਤੋਪ ਮਾਲ ਰੋਡ ਲਾਹੌਰ, ਮਾਲ ਰੋਡ ਲਾਹੌਰ, ਇਹਨੂੰ ਭੰਗੀਆਂ ਵਾਲੀ ਤੋਪ ਕਿਉਂ ਕਹਿੰਦੇ ਜੋਰ ਸਾਹਿਬ? ਇਹ ਭੰਗੀਆਂ ਦੇ ਵੇਲ ਜਦੋਂ ਲਾਹੌਰ ਦੇ ਉੱਤੇ ਭੰਗੀਆਂ ਦਾ ਕਬਜ਼ਾ ਹੋ ਗਿਆ ਸੀ ਉਸ ਜ਼ਮਾਨੇ ਦੇ ਵਿੱਚ ਇਹ ਬਣੀ ਸੀ ਤੋਪ, ਅਤੇ ਉਹ ਸਾਹਮਣੇ ਲਾਹੌਰ ਮਿਊਜ਼ੀਅਮ ਜਿਹੜੀ ਪਰਲੀ ਬਿਲਡਿੰਗ ਤੁਹਾਨੂੰ ਨਜ਼ਰ ਆ ਰਹੀ ਹੈ ਲਾਹੌਰ ਮਿਊਜ਼ੀਅਮ ਦੀ ਬਿਲਡਿੰਗ ਹੈ। ਅੱਛਾ ਜੀ, ਹਾਂਜੀ, ਇਹ ਤੋਪ ਹੁਣ ਅਲਾਮਤ ਦੇ ਤੌਰ ਦੇ ਇੱਥੇ ਰੱਖੀ ਹੈ। ਹਾਂਜੀ, ਭੰਗੀ ਵੀ ਚਾਰ ਦਿਨ ਤੋਪ ਦੇ ਕਾਰੀਗਰ ਬਣ ਗਏ ਸੀ। ਹਾਂਜੀ, ਪੰਜਾਬ ਯੂਨੀਵਰਸਿਟੀ ਹੈ ਇਹ, ਓਲਡ ਕੈਂਪਸ ਹੈ ਜਿਹੜੀ ਅੰਗਰੇਜ਼ ਦੌਰ ਦੀ ਬਣੀ। ਆਹ ਬਣਾਇਆ ਇੱਕ ਸਟੈਚੂ ਐਲਫਰਡ ਬੂਲਨਰ, ਇਹ ਜਿਹੜਾ ਇਸ ਯੂਨੀਵਰਸਿਟੀ ਦਾ ਪਹਿਲਾ ਵਾਈਸ ਚਾਂਸਲਰ ਸੀ ਉਹਦੀ, ਇਹ ਮੇਨ ਗੇਟ ਹੈ। ਅੱਛਾ, ਕੀ ਨਾਮ ਯੂਨੀਵਰਸਿਟੀ ਦਾ? ਪੰਜਾਬ ਯੂਨੀਵਰਸਿਟੀ ਲਾਹੌਰ, ਪੰਜਾਬ ਯੂਨੀਵਰਸਿਟੀ ਲਾਹੌਰ ਆ ਜੀ। ਹਾਂਜੀ, ਇਹ ਮਤਲਬ ਇਹ ਪਾਰਟੀਸ਼ਨ ਤੋਂ ਪਹਿਲੇ ਦੀ ਜਦੋਂ ਅੰਗਰੇਜ਼ਾਂ ਦੇ ਦੌਰ ਜਿਹੜੀ ਬਣੀ ਸੀ, ਇਹ ਅੰਗਰੇਜ਼ਾਂ ਦੇ ਟਾਈਮ ਦੀ ਬਣੀ ਹੋਈ ਹੈ ਜੀ, ਦੱਸਦੇ ਆ ਪਾਰਟੀਸ਼ਨ ਤੋਂ ਪਹਿਲੇ। ਓਲਡ ਕੈਂਪਸ ਆ, ਨਵਾਂ ਕੈਂਪਸ ਤਾਂ ਬਾਹਰ ਚਲਾ ਗਿਆ। ਔਰ ਮੈਂ ਸਮਝਦਾ ਇੱਦਾਂ ਦੀ ਬਿਲਡਿੰਗ ਜਿਹੜੀ ਸਾਨੂੰ ਕਿਤੇ ਵੀ ਨਹੀਂ ਦੇਖਣ ਨੂੰ ਮਿਲਦੀ, ਇੰਨੀ ਮਜ਼ਬੂਤ ਬਿਲਡਿੰਗ। ਇਹ ਵੀ ਬਣਾਓ ਜੀ, ਇਹ ਵੀ ਚਿੜੀਆ ਘਰ ਆਪਣਾ ਮਿਊਜ਼ੀਅਮ, ਇਹ ਵੀ ਮਿਊਜ਼ੀਅਮ ਜੀ, ਲਾਹੌਰ ਮਿਊਜ਼ੀਅਮ, ਪੁਰਾਣੀ ਬਿਲਡਿੰਗ ਆ, ਉਹਨਾਂ ਨੂੰ ਸੈਰ ਕਰਾਣੇ ਲਾਹੌਰ ਨੈਸ਼ਨਲ ਕਾਲਜ ਆਫ ਆਰਟਸ ਹੈ। ਵਾਹ ਜੀ ਵਾਹ, ਕੀ ਬਾਤ ਹੈ, ਕੀ ਖੂਬਸੂਰਤੀਆਂ, ਨੈਸ਼ਨਲ ਕਾਲਜ ਆਫ ਆਰਟਸ। ਇਹ ਤੁਹਾਡੇ ਇਸ ਪਾਸੇ ਅਨਾਰਕਲੀ, ਇੱਧਰ ਇਹ ਨਵੀਂ, ਅੱਛਾ ਇੱਧਰਲੀ ਸਾਈਡ 'ਤੇ ਪੁਰਾਣੀ, ਇਹ ਨਵੀਂ ਅਨਾਰਕਲੀ, ਇਹ ਨਵੀਂ ਅਨਾਰਕਲੀ ਹੈ ਜੀ। ਹਾਂਜੀ, ਲਾਹੌਰ ਦੀ ਸੈਰ ਕਰੋ ਜੀ। ਅਤੇ ਇਹ ਆਪਣਾ ਮੈਟਰੋ ਬੱਸ ਚੱਲ ਰਹੀ ਹੈ ਲਾਹੌਰ ਦੇ ਵਿੱਚ, ਹੁਣ ਚੱਲਣੀ ਸ਼ੁਰੂ ਹੋਈ ਹੈ ਪਿਛਲੇ 2 ਸਾਲ ਤੋਂ, ਇਹ ਜਿਹੜੀ। ਹਾਂਜੀ, ਇਹ ਬਗੈਰ ਇਹਦੇ 'ਚ ਕਨੈਕਟਰ ਨਹੀਂ ਹੁੰਦਾ। ਅੱਛਾ, ਹਾਂਜੀ, ਇਹਦਾ ਕਾਰਡ ਜੇ ਬਣੇ ਹੁੰਦੇ, ਤੁਸੀਂ ਉਹ ਗੇਟ 'ਤੇ ਲਾਉਣਾ ਅਤੇ ਉਹ ਇੰਟਰ ਹੋ ਜਾਣਾ। ਵਾਹ ਜੀ ਵਾਹ, ਅਤੇ ਜਦੋਂ ਫਿਰ ਤੁਸੀਂ ਉਤਰਨਾ ਉਹ ਕਾਰਡ 'ਤੇ ਲਾਉਣਾ, ਤੁਸੀਂ ਆਊਟ ਹੋ ਜਾਣਾ ਅਤੇ ਜਿੰਨੇ ਪੈ ਤੁਹਾਡਾ ਕਿਰਾਇਆ ਬਣਦਾ ਆਟੋ ਕੱਟਿਆ ਜਾਣਾ ਵਿੱਚ। ਉਹ ਕਾਰਡ 'ਚ ਬੈਲੈਂਸ ਹੋਵੇ ਫਿਰ ਹੀ ਆਉਣਾ, ਬੈਲੈਂਸ ਬੈਲੈਂਸ ਨਾ ਹੋਵੇ ਤਾਂ ਬੂਹਾ ਵੀ ਨਹੀਂ ਖੁੱਲਦਾ, ਬੂਹਾ ਵੀ ਨਹੀਂ ਖੁੱਲਦਾ ਹੈਗਾ। ਇਹ ਸਟੈਂਡਰਡ ਚਾਰਟਰਡ ਬੈਂਕ ਮਾਲ ਰੋਡ ਲਾਹੌਰ ਹੈ, ਹਜ਼ਰਈ ਤਰੱਕੀਆਤੀ ਬੈਂਕ ਜਿਹੜਾ ਲਾਹੌਰ, ਇਹ ਬੈਂਕ, ਇਹ ਬੈਂਕ ਸਕੁਆਇਰ ਇਸ ਜਗ੍ਹਾ ਨੂੰ ਕਿਹਾ ਜਾਂਦਾ ਜੀ, ਜਿਹੜਾ ਪੰਜਾਬ ਦੇ ਵਿੱਚ ਪਹਿਲਾ ਪੰਜਾਬ ਨੈਸ਼ਨਲ ਬੈਂਕ ਬਣਿਆ ਸੀ ਪਾਰਟੀਸ਼ਨ ਤੋਂ ਪਹਿਲਾਂ, ਇਸੇ ਜਗ੍ਹਾ 'ਤੇ ਬਣਿਆ ਸੀ, ਇਸ ਵਾਸਤੇ ਇਹਦਾ ਨਾਂ ਲਿਆ ਜਾਂਦਾ ਜੀ, ਇਹਨੂੰ ਬੈਂਕ ਸਕੁਆਇਰ ਕਹਿੰਦੇ ਨੇ, ਅਤੇ ਹੁਣ ਇੱਥੇ ਸਾਰੀ ਬੈਂਕਾਂ ਦੇ ਬ੍ਰਾਂਚ ਇੱਧਰ ਹੀ ਕਰਨ। ਇਹ ਲਾਹੌਰ ਦਾ GPO, ਇਹ ਵੀ ਪਾਰਟੀਸ਼ਨ ਤੋਂ ਪਹਿਲੇ ਦਾ ਬਣਿਆ, ਅੰਗਰੇਜ਼ਾਂ GPO ਜਨਰਲ ਪੋਸਟ ਆਫਿਸ। ਅੱਛਾ, ਇਹ ਵੀ ਪਾਰਟੀਸ਼ਨ ਤੋਂ ਪਹਿਲਾਂ ਦਾ ਬਣਿਆ? ਹਾਂਜੀ, ਉਹ ਸਾਹਮਣੇ ਲਾਹੌਰ ਹਾਈ ਕੋਰਟ ਹੈ ਜੀ, ਇਹ ਵੀ ਮਾਲ ਰੋਡ 'ਤੇ, ਇਹ ਲਾਹੌਰ ਹਾਈ ਕੋਰਟ ਆ, ਅਤੇ ਇਹ ਭਗਤ ਸਿੰਘ ਦਾ ਜਿਹੜਾ ਫੈਸਲਾ ਉਹ ਇਸੇ ਕੋਰਟ 'ਚ ਹੋਇਆ ਸੀ। ਠੀਕ, ਇਹ ਲਾਹੌਰ ਹਾਈ ਕੋਰਟ ਦੀ ਬਿਲਡਿੰਗ ਆ ਜੀ, ਅਤੇ ਲਾਹੌਰ ਹਾਈ ਕੋਰਟ ਤੋਂ ਤੁਸੀਂ ਸਾਰੀ ਵਾਕਫ, ਅਤੇ ਅੱਗੇ ਆ ਸਟੇਟ ਬੈਂਕ ਆਫ ਪਾਕਿਸਤਾਨ, ਹਾਈ ਕੋਰਟ ਦਾ ਬੜਾ ਨਾਂ ਹੈ ਜੀ। ਹਾਂਜੀ, ਭਗਤ ਸਿੰਘ ਦਾ ਫੈਸਲਾ ਵੀ ਇਸੇ ਕੋਰਟ ਨੇ ਹੋਇਆ, ਬਾਕੀ ਨਵਾਜ਼ ਜੀ ਹੋਣਾ ਦੇ ਫੈਸਲੇ ਇੱਥੇ ਹੀ ਹੋਏ ਆ। ਸਟੇਟ ਬੈਂਕ ਦੇ ਫੈਸਲਾ, ਸਟੇਟ ਬੈਂਕ ਦੀ ਬਿਲਡਿੰਗ ਹੈ ਜੀ, ਇੱਧਰ ਵੇਖੋ, ਸਟੇਟ ਬੈਂਕ ਦੀ ਬਿਲਡਿੰਗ, ਸਟੇਟ ਬੈਂਕ ਆਫ ਪਾਕਿਸਤਾਨ ਜੀ। ਅੱਗੇ ਸਾਰੀਆਂ ਓਲਡ ਬਿਲਡਿੰਗਸ ਨੇ ਜਿਹੜੀਆਂ ਤੁਸੀਂ ਦੇਖ ਰਹੇ ਹੋ, ਸਭ ਓਲਡ ਬਿਲਡਿੰਗ ਨੇ, ਅਤੇ ਦੁਬਾਰਾ ਸੈਟਲਮੈਂਟ ਕੀਤੀਆਂ ਨੇ, ਇਹ ਟੋਟਲ ਓਲਡ ਬਿਲਡਿੰਗ ਨੇ ਤੁਸੀਂ ਨਜ਼ਰ ਆ ਰਹੀਆਂ ਤੁਹਾਨੂੰ। ਇਹ ਮਾਲ ਰੋਡ ਲਾਹੌਰ, ਇਹ ਜਿੰਨੇ ਆ ਤੁਹਾਨੂੰ, ਤੁਸੀਂ ਜਿਸ ਜਗ੍ਹਾ 'ਤੇ ਸੈਰ ਕਰ ਰਹੇ ਹੋ, ਸਾਰਾ ਪਾਰਟੀਸ਼ਨ ਤੋਂ ਪਹਿਲੇ ਦਾ, ਸਾਰਾ ਇਹ ਜਿੰਨਾ ਸਟਰਕਚਰ ਆ ਸਾਰਾ ਪਾਰਟੀਸ਼ਨ ਤੋਂ ਪਹਿਲੇ ਦਾ, ਗਲੀਆਂ ਤੁਹਾਨੂੰ ਨਜ਼ਰ ਆ ਰਿਹਾ, ਇਹ ਟੋਟਲ ਬਿਲਡਿੰਗ ਜਿਹੜੀਆਂ ਨੇ ਪਾਰਟੀਸ਼ਨ ਤੋਂ ਪਹਿਲੇ ਦੀਆਂ। ਇਹ ਹਾਲ ਰੋਡ ਲਾਹੌਰ ਹੈ ਜੀ, ਇਹ ਚੌਕ ਆ, ਹਾਲ ਰੋਡ ਆ ਇਸ਼ਾਰੇ ਵਾਲਾ, ਇਹ ਬਿਲਡਿੰਗ ਜਿਹੜੀ ਹੈ ਵੀ ਪੁਰਾਣੀ ਹੈ ਜੀ, ਪੁਰਾਣੀ ਹੈ ਜੀ, ਇਹ ਸੜਕ ਆ ਜਿਹੜੀ ਪਰਮ ਨਿਕਲ ਗਈ ਹਾਲ ਰੋਡ, ਇਹ ਵੀ ਸਾਰੀਆਂ ਬਿਲਡਿੰਗ ਪੁਰਾਣੀਆਂ ਨੇ ਬਿਲਕੁਲ ਜੀ, ਦੇਖੋ ਕਿਸ ਤਰ੍ਹਾਂ ਮਹੱਲ ਬਣੇ ਹੋਏ ਆ। ਉਹ ਕੜਕਣੇ ਨਹੀਂ ਚਾਹੁੰਦਾ, ਇਹ ਟੋਟਲ ਪੁਰਾਣੀਆਂ ਬਿਲਡਿੰਗ, ਅਤੇ ਪੈਨੋਰਾਮਾ ਸੈਂਟਰ ਅੱਗੇ ਆ ਗਿਆ ਬਿਲਕੁਲ ਜੀ, ਆਹ ਤਾਂ ਬਿਲਡਿੰਗਾਂ ਦੇਖਣ ਨੂੰ ਵੀ ਕਿੰਨੀਆਂ ਖੂਬਸੂਰਤ, ਸਟਰਕਚਰ ਹੀ ਇਹਨਾਂ ਦਾ ਬਿਲਕੁਲ ਮੁਖਤਲਿਫ ਅੱਜ ਕੱਲ੍ਹ ਦੀ ਬਿਲਡਿੰਗ ਨਾਲੋਂ ਨਾ। ਹਾਂਜੀ, ਮਾਲ ਰੋਡ ਲਾਹੌਰ, ਇਹ ਬਿਲਡਿੰਗ ਤਾਂ ਬਹੁਤ ਪੁਰਾਣੀ, ਇਹਦੇ ਉੱਤੇ ਸ਼ਾਇਦ ਡੇਟ ਵੀ ਲਿਖੀ ਹੋਵੇ ਕਿਤੇ। ਕਿਆ ਬਾਤ ਹੈ ਜੀ, ਇਹ ਤਾਂ ਬਿਲਕੁਲ ਇਸ ਤਰ੍ਹਾਂ ਇੰਗਲੈਂਡ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਹਾਂਜੀ ਬਿਲਕੁਲ, ਇੰਗਲੈਂਡ ਔਰ ਲਾਹੌਰ ਉਸੇ ਤਰ੍ਹਾਂ ਦੇ ਬਣਾਈਆਂ ਹੋਈਆਂ, ਸੇਮ ਉਸੇ ਤਰ੍ਹਾਂ ਦੀਆਂ ਬਣੀਆਂ ਜੀ। ਹਾਂਜੀ, ਇਹ ਅਲਫਲਾ ਬਿਲਡਿੰਗ ਹੈ, ਐਵੇਂ ਤਾਂ ਨਹੀਂ ਕਹਿੰਦੇ ਜੀ, ਲਾਹੌਰ ਲਾਹੌਰ ਆ। ਹਾਂਜੀ, ਇਹ ਵੀ ਪੁਰਾਣੀ ਬਿਲਡਿੰਗ ਹੈ, ਇਹ ਵੀ ਪੁਰਾਣੀ ਬਿਲਡਿੰਗ, ਇਹ ਕਾਹਦੀ ਬਿਲਡਿੰਗ ਆ ਜੀ? ਇਸ ਬਿਲਡਿੰਗ ਦੇ ਵਿੱਚ ਅੱਜ ਕੱਲ੍ਹ ਮੁਖਤਲਿਫ ਬੈਂਕਾਂ ਦੇ ਦਫ਼ਤਰ ਨੇ, ਬੈਂਕ ਅਲਫਲਾ ਇਹਦੇ ਵਿੱਚ ਆ, ਇਸ ਬਿਲਡਿੰਗ ਦੇ ਮੈਨੂੰ ਨਾਮ ਦਾ ਨਹੀਂ ਪਤਾ। ਇਹ ਸਾਡਾ ਪੰਜਾਬ ਅਸੈਂਬਲੀ ਆ ਗਈ, ਬਹੁਤ ਜ਼ਬਰਦਸਤ। ਹਾਂਜੀ, ਅਸੀਂ ਜਦੋਂ ਧਰਨੇ 'ਤੇ ਗਏ ਸੀ ਇੱਥੇ ਲੱਗਾ ਸੀ ਕੈਂਪ ਸਾਡਾ ਜੀ। ਹਾਂਜੀ, ਇਹ ਜਨਾਬ ਆਪਣਾ ਪੰਜਾਬ ਅਸੈਂਬਲੀ ਆ ਗਈ ਸਾਡੀ, ਉਹ ਸਾਹਮਣੇ ਵੱਡੀ ਬਿਲਡਿੰਗ ਜਿਹੜੀ ਵਾਪਡਾ ਹਾਊਸ ਹੈ। ਅੱਛਾ, ਇਹ ਸਾਡਾ ਪਾਣੀ ਅਤੇ ਬਿਜਲੀ ਬੋਰਡ ਜਿਹੜਾ, ਇਹ ਸਾਡੀ ਪੰਜਾਬ ਅਸੈਂਬਲੀ ਹੈ, ਇਹ ਪੰਜਾਬ ਅਸੈਂਬਲੀ ਹੈ ਜੀ। ਹਾਂਜੀ, ਜਿੱਥੇ ਅੱਜ ਕੱਲ੍ਹ ਰੌਲਾ ਪੈਂਦੇ ਹੈ, ਜਿੱਥੇ ਰੌਲੇ, ਜਿੱਥੇ ਪੜ੍ਹੇ ਲਿਖੇ ਗੁੱਤਮ ਗੁੱਸਾ ਹੁੰਦੇ, ਜਿੱਥੇ ਪੜ੍ਹੇ ਲਿਖੇ ਸਾਡੇ ਲੀਡਰ ਲੋਕ ਜਿਹੜੇ ਨਾ ਆਪਸ ਮੇਂ ਇੱਕ ਦੂਜੇ ਦੇ ਨਾਲ ਜਪੜੀਆਂ ਹੁੰਦੇ ਆ। ਹਾਂਜੀ, ਉਹ ਇਹ ਜਗ੍ਹਾ ਜੀ, ਉਹ ਇਹ ਜਗ੍ਹਾ ਜੀ।
ਲਾਹੌਰ ਦੀ ਪੁਰਾਣੀ ਬਿਲਡਿੰਗ ਆ, ਪਾਰਟੀਸ਼ਨ ਤੋਂ ਪਹਿਲੇ ਦੀ ਬਿਲਡਿੰਗ ਆ ਇਹ। ਇਹਦੇ 'ਚ ਮੁਖਤਲਿਫ ਕੰਪਨੀਆਂ ਦੇ ਦਫ਼ਤਰ ਨੇ, ਮਲਟੀਨੈਸ਼ਨਲ ਕੰਪਨੀਆਂ ਜਿਹੜੀਆਂ ਉਹਨਾਂ ਦੇ ਦਫ਼ਾਤਰ। ਇਹ ਚੌਕ ਨੂੰ ਕੀ ਕਹਿੰਦੇ ਆ ਜੀ? ਇਹ GPO ਚੌਕ ਹੈ ਜੀ। GPO ਚੌਕ, ਠੀਕ ਹੈ। ਆ ਸਾਹਮਣੇ PTCL ਦੀ ਐਕਸਚੇਂਜ ਆ, ਉਹ ਸਾਹਮਣੇ ਥੱਲੇ ਕਬੂਤਰ ਬੈਠੇ ਆ, ਲੋਕ ਉਹਨਾਂ ਨੂੰ ਸੁਬਹਾ ਸੁਬਹਾ ਆ ਕੇ ਦਾਣਾ ਪਾ ਕੇ ਜਾਂਦੇ। ਬਹੁਤ ਜ਼ਿਆਦਾ ਬੈਠੇ ਆ ਜੀ। ਹਾਂਜੀ, ਲੋਕ ਸੁਬਹਾ ਆ ਕੇ ਉਹਨਾਂ ਨੂੰ ਦਾਣਾ ਪਾ ਕੇ ਜਾਂਦੇ ਆ। ਕਾਲਜ ਐਂਡ ਲਾਇਬ੍ਰੇਰੀ, ਇਹ ਲਾਹੌਰ ਦਾ ਦਿਆਲ ਸਿੰਘ ਕਾਲਜ ਆ ਜੀ। ਦੇਖ ਲਓ ਵੀ ਹਜੇ ਤਾਈਂ ਉਹ ਲਿਖਿਆ ਸਰ ਦਿਆਲ ਸਿੰਘ ਪਬਲਿਕ ਲਾਇਬ੍ਰੇਰੀ 1928 ਵਿੱਚ ਬਣੀ ਸੀਗੀ ਜੀ, ਹਜੇ ਵੀ ਬਿਲਕੁਲ ਕਾਇਮ ਆ। ਦੇਖ ਲਓ ਵੀ ਇਹ ਬਿਲਡਿੰਗਾਂ ਜਿਹੜੀਆਂ ਹਜੇ ਤਾਈਂ ਉਸੇ ਤਰ੍ਹਾਂ ਹੀ ਆ। ਲਾਹੌਰ ਦੀ ਸ਼ਹਿਰ ਅੱਜ ਤੁਹਾਨੂੰ ਅਸੀਂ ਥੋੜ੍ਹੀ ਬਹੁਤੀ ਕਰਾਉਣ ਦੀ ਕੋਸ਼ਿਸ਼ ਕੀਤੀ ਆ। ਬੜਾ ਮਜ਼ੇਦਾਰ ਚੀਜ਼ਾਂ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ। ਲਾਹੌਰ ਦਾ ਨਕਸ਼ਾ ਬਦਲਦਾ ਰਹਿੰਦਾ ਜੀ, ਲੇਕਿਨ ਇਹ ਪੁਰਾਣੀਆਂ ਇਮਾਰਤਾਂ ਜਿਹੜੀਆਂ ਨਾ, ਇਹਨਾਂ ਨੂੰ ਬਿਲਕੁਲ ਕਿਸੇ ਨੇ ਨਹੀਂ ਛੇੜਿਆ। ਵੈਸੇ ਤਾਂ ਤੁਸੀਂ ਜੇ 6 ਮਹੀਨੇ ਬਾਅਦ ਵੀ ਇੱਥੇ ਆਓ ਤਾਂ ਤੁਹਾਨੂੰ ਮੁੜ ਕੇ ਰਾਹ ਨਹੀਂ ਲੱਭਣਾ ਹੈਗਾ ਕਿੱਧਰ ਨੂੰ ਕਿੱਧਰੋਂ ਜਾਣਾ, ਕਿਉਂਕਿ ਸੜਕਾਂ ਬਣਦੀਆਂ ਰਹਿੰਦੀਆਂ। ਉਹ ਗਈ ਜੀ ਉੱਪਰ ਟ੍ਰੇਨ। ਇਹ ਦੇਖੋ, ਇਹ ਇੱਕ ਬਹੁਤ ਵੱਡੀ ਬਿਲਡਿੰਗ ਪੁਰਾਣੀ ਹੈ ਜੀ ਸਰ, ਇੱਧਰ ਦੇਖੋ। ਇਹ ਬਿਲਡਿੰਗ ਬਹੁਤ ਪੁਰਾਣੀ ਹੈ ਜੀ, ਦੇਖੋ ਨਜ਼ਰ ਆ ਰਹੀ ਆ। ਕਿਸੇ ਸਰਦਾਰ ਦੀ, ਇਹ ਵੀ ਕਿਸੇ ਸਰਦਾਰ ਦੀ ਹਵੇਲੀ ਸੀਗੀ ਜੀ। ਕਿਆ ਬਾਤ ਆ। ਉਹ ਵੀ ਦੇਖੋ, ਅਗਲੀ ਦੇਖੋ, ਇਹ ਵੀ ਪੁਰਾਣੀ ਇਮਾਰਤ ਹੈ। ਇਹ ਵੀ ਪੁਰਾਣੀ ਇਮਾਰਤ ਹੈ। ਲਾਹੌਰ ਦੇ ਵਿੱਚ ਚੀਜ਼ਾਂ ਪੁਰਾਣੀਆਂ ਬਹੁਤ ਆ ਜੀ। ਪਰ ਕਿਸਾਨਾ ਸਾਹਿਬ, ਇਹ ਗੌਰਮੈਂਟ ਆ, ਇਹ ਕਿ ਦਿਆਲ ਸਿੰਘ ਕਾਲਜ ਹੈ ਜਾਂ ਭਾਈ ਉਹ ਲਾਇਬ੍ਰੇਰੀ ਸੀ? ਹਾਂ, ਇਹ ਜੀ ਦਿਆਲ ਸਿੰਘ ਕਾਲਜ, ਗੌਰਮੈਂਟ ਦਿਆਲ ਸਿੰਘ ਕਾਲਜ ਲਾਹੌਰ। ਇਹ ਸਾਹਮਣੇ ਚਿੜੀਆ ਘਰ ਆ ਜੀ, ਲਾਹੌਰ ਦਾ ਚਿੜੀਆ ਘਰ, ਜਿੱਥੇ ਲੋਕ ਤੁਰਦੇ ਆ ਨਾ ਘਰੋਂ, ਅਤੇ ਉਹ ਕਹਿੰਦੇ ਜੀ ਅਸੀਂ ਚਿੜੀਆ ਘਰ ਜ਼ਰੂਰ ਦੇਖਣਾ। ਉਹ ਚਿੜੀਆ ਘਰ ਇੱਥੇ ਆ ਕੇ ਦੇਖਦੇ ਆ। ਇੱਥੇ ਬਾਹਰ ਜਾਨਵਰ ਵੀ ਲੱਗੇ ਹੋਣੇ, ਬਣਾਏ ਉਹਨਾਂ ਨੇ। ਇਹ ਪਰਲੇ ਪਾਸੇ ਚਿੜੀਆ ਘਰ, ਇਹ ਜੀ ਚਿੜੀਆ ਘਰ। ਸੋਰੀ, ਕੈਸਾ ਇਹ ਨਿਜ਼ਾਮ ਆ ਯਾਰ,